ਕੀ ਹਾਲ ਚਾਲ ਨੇ ਵਧੀਆ ਸਾਰੇ ਖੌਫਨਾਕ ਜਿਹਾ ਵੇਅਰ ਹਾਊਸ ਇਹਨਾਂ ਦਾ ਜਿੱਦਾਂ ਵੰਪਾਇਰ ਨਹੀਂ ਰਹਿੰਦੇ ਹੁੰਦੇ ਸੁੰਨੀ ਜਿਹੀਆਂ ਥਾਵਾਂ ਤੇ ਉੱਦਾਂ ਦਾ ਨਵੀਂ ਜੌਬ ਸਿੱਖ ਰਹੇ ਹਾਂ ਆਪਾਂ ਫਿਰ ਆਪਾਂ ਟਰੇਲੇ ਹੀ ਲੋਡ ਕਰਿਆ ਕਰਨੇ ਆ ਟਰੱਕ ਚਲਾਉਣਾ ਛੱਡ ਦੇਣਾ ਵਧੀਆ ਸਾਰੇ ਤੇ ਅੱਜ ਆਪਾਂ ਚੱਲਿਆ ਪੋਰਟਲੈਂਡ ਤੋਂ ਲੋਡ ਚੱਕ ਕੇ ਕੈਲੀਫੋਰਨੀਆ ਨੂੰ ਪੋਰਟਲੈਂਡ ਨਹੀਂ ਹੈਗਾ ਜਿਹੜੀ ਕਿ ਆਪਾਂ 84 ਤੋਂ ਲੋਡ ਚੱਕਣਾ ਕੋਈ ਜਾ ਕੇ ਫਿਰ ਆਪਾਂ 5 ਨਹੀਂ ਲੈ ਕੇ ਜਾਣਾ ਹੁਣ ਜਾਂਦੇ ਹੋਏ ਅਤੇ ਲੋਕਲ ਰੋਡ ਜਾਂਦਾ ਲੋਕਲ ਵੀ ਨਹੀਂ ਹੈਗਾ ਵੈਸੇ ਵਧੀਆ ਰੋਡ ਆ ਉਹ ਲੈ ਕੇ ਜਾਣਾ ਉੱਥੇ ਵਿਊ ਬਹੁਤ ਘੈਂਟ ਆ ਅਤੇ ਵੈਸੇ ਉਹ ਸਨੋਅ ਅਤੇ ਬਲੈਕ ਆਈਸ ਦਾ ਘਰ ਵੀ ਹੈਗਾ ਤੁਹਾਨੂੰ ਵਿਊ ਤੋਂ ਹੋਣੇ ਆ ਬਹੁਤ ਸੋਹਣੇ ਸੋਹਣੇ ਵਿਊ ਆ ਹਰ ਲੋ ਮਿੱਤਰੋ ਪਹੁੰਚ ਗਏ ਆਪਾਂ ਪਤੰਦਰਾਂ ਨੇ ਜਿਹੜਾ ਇਹਨਾਂ ਦਾ ਵੇਅਰ ਹਾਊਸ ਜਾਂ ਲੋਕਲ ਜਾ ਅਤੇ ਪਿੰਡ 'ਚ ਆ ਇਹ ਨਿੱਕਾ ਜਿਹਾ ਪਿੰਡ ਆ ਜਿੱਦਾਂ ਸਾਂਸਪੁਰ ਆ ਅਤੇ ਇਹ ਕਹਿੰਦੇ ਵੀ ਇੱਧਰ ਐਂਟਰ ਕਰਨਾ ਟਰੱਕ ਬੜਾ ਖੌਫਨਾਕ ਜਿਹਾ ਵੇਅਰ ਹਾਊਸ ਇਹਨਾਂ ਦਾ ਜਿੱਦਾਂ ਵੰਪਾਇਰ ਨਹੀਂ ਰਹਿੰਦੇ ਹੁੰਦੇ ਸੁੰਨੀ ਜਿਹੀਆਂ ਥਾਵਾਂ 'ਤੇ ਉੱਦਾਂ ਦਾ ਹੋਰ ਨਾ ਮੇਰੀ ਇਹ ਵੀਡੀਓ ਲਾਸਟ ਹੋਵੇ ਮੇਰਾ ਵੀਰ ਪਰ ਮੈਂ ਕਿਹੜਾ ਇਹ ਲਾਈਵ ਚਲਾਇਆ ਵਾ ਵੀ ਧਿਆਨ ਰੱਖਿਓ ਨਾ ਤੁਹਾਡੇ ਕੋਲ ਵੀਡੀਓ ਆਉਣੀ ਆ ਅੱਜ ਆਪਾਂ ਨੇ ਇਹਦੇ ਨਾਲ ਲੱਦਣਾ ਇਹਨਾਂ ਨੇ ਇਹਦੇ ਨਾਲ ਵਿੱਚ ਲਿਆ ਕੇ ਰੱਖ ਲਿਆ ਕਰਨਾ ਇੱਥੇ ਅਤੇ ਉਹ ਬੋਤਲਾਂ ਦੇ ਜਿਹੜੇ ਪੈਕੇਜ ਆਪਾਂ ਬੋਤਲਾਂ ਦੇ ਉਹਨਾਂ ਨੂੰ ਲੱਦਣਾ ਅਤੇ ਆਹ ਆਜੋ ਤੁਹਾਨੂੰ ਤਾਂ ਇਹਨੂੰ ਹਾਂ ਤਾਂ ਕਰਤੀ ਵੀ ਮੈਂ ਇਹਨੂੰ ਚਲਾ ਲੂੰਗਾ ਪਰ ਕਦੇ ਚਲਾਈ ਨਹੀਂ ਹੈਗੀ ਕੁਛ ਨਹੀਂ ਹੁੰਦਾ ਹੈਗਾ ਪੰਗਾ ਲੈਂਦੇ ਹਾਂ ਟਰਾਈ ਕਰਦੇ ਹਾਂ ਅਤੇ ਲੋਡ ਲੱਦਦੇ ਹਾਂ ਅਤੇ ਫਿਰ ਆਪਾਂ ਨਿਕਲਦੇ ਹਾਂ ਲਓ ਵੀ ਆਟੋ ਆਹਦਾ ਕੰਮ ਥੋੜ੍ਹਾ ਜਿਹਾ ਸੌਖਾ ਹੀ ਆ ਪਰ ਇਹਨੂੰ ਸਮਝਣਾ ਪੈਣਾ ਮਾੜਾ ਜਿਹਾ ਕੰਮ ਈਜ਼ੀ ਆ ਇੱਦਾਂ ਇਹਨੂੰ ਸਾਈਡ 'ਤੇ ਲਾਉਣਾ ਲਓ ਮਿੱਤਰੋ ਲੱਗ ਗਿਆ 5-6 ਪੈਲਟ ਅਤੇ ਖਿੱਚਿਆ ਹੋਇਆ ਕੰਮ ਜ਼ੋਰਾਂ ਸ਼ੋਰਾਂ ਦੇ 2 ਦਿਨ ਹੋ ਗਏ ਚੰਗਾ ਚੱਲ ਰਿਹਾ ਕੰਮ ਇਹਦਾ ਆਹ ਕੰਮ ਨਵੀਂ ਜੌਬ ਸਿੱਖ ਰਹੇ ਹਾਂ ਆਪਾਂ ਫਿਰ ਆਪਾਂ ਟਰੇਲੇ ਹੀ ਲੋਡ ਕਰਿਆ ਕਰਨੇ ਆ ਟਰੱਕ ਚਲਾਉਣਾ ਛੱਡ ਦੇਣਾ ਫਿਰ ਆਪਾਂ ਨੇ ਫਿਰ ਆਪਾਂ ਇਹੀ ਕੰਮ ਕਰਿਆ ਕਰਨਾ ਇਹ ਖੁੱਤੀ ਪੱਟਿਆ ਕਰਨੀ ਆਪਾਂ ਨੇ ਪੈਂਦੀ ਆ ਖੁੱਤੀ ਇਹਦੇ ਹਾਰਨ ਵੀ ਹੈਗਾ ਉਹਦੇ ਨਾਲ ਤਾਂ ਲੈ ਲੈਂਦੇ ਯਾਰੇ ਹੁਣ ਇਹਦੇ ਨਾਲ ਵਰਕਆਊਟ ਹੋਊਗਾ ਇਹਦੇ 'ਤੇ ਆਪ ਜ਼ੋਰ ਲਾਉਣਾ ਪਊਗਾ ਹੁਣ ਅੰਦਰ ਜਗ੍ਹਾ ਘੱਟ ਗਈ ਆ ਅਤੇ ਉਹਦੇ ਕਰਕੇ ਉਹ ਹੁਣ ਵੱਡੀ ਕੱਢ ਲਈ ਅਤੇ ਹੁਣ ਛੋਟੀ ਨਾਲ ਖਿੱਚਾਂਗੇ ਪੈਲਟ ਹੁਣ ਤਾਂ 1-2 ਪੈਲਟ ਆਪਾਂ ਨੇ ਹੋਰ ਲੱਦਣੇ ਸਾਰੇ ਅਤੇ 2 ਨੇ ਮਗਰ ਆਪ ਹੀ ਰੱਖ ਦੇਣੇ ਆ ਯਾਰ ਬੇਬੇ ਸਿਰਾ ਉਹ ਗੱਬੇ ਉਹ ਵੀ ਰੱਖ ਕੇ ਨਾ ਫਿਰ ਵੀ ਇਹਨੂੰ ਪਰਾਂ ਨੂੰ ਮੋੜ ਕੇ ਲੈ ਗਈ ਇੱਥੇ ਸੀ ਉਹ ਲੈ ਗਈ ਧੱਕ ਕੇ ਪਰਲੀ ਸਾਈਡ ਨੂੰ ਤਜਰਬਾ ਬੇਬੇ ਦਾ ਯਾਰ ਸਿਰਾ ਕਰਾਤਾ ਮੈਨੂੰ ਐਵੇਂ ਮੈਂ ਕਿਹਾ ਐਂ ਲੈ ਕੇ ਜਾਣਾ ਪਊ ਪਰ ਸਿਰਾ ਕਰਾਤਾ ਯਾਰ
ਚਲੋ ਬਾਬਿਓ ਹੋ ਗਿਆ ਲੋਡ ਆਪਣਾ ਥੋੜ੍ਹਾ ਹੀ ਰਹਿ ਗਿਆ ਅਤੇ ਨਿਕਲਦੇ ਬਸ ਹੁਣ ਆਪਾਂ ਸਕੇਲ ਕਰਾ ਲਵਾਂਗੇ ਜਿਹੜੇ ਹਿਸਾਬ ਨਾਲ ਲੱਥਿਆ ਤਾਂ ਸਿਰਾ ਹੀ ਹੋਇਆ ਪਿਆ ਜਿੱਥੋਂ ਆਪਾਂ ਨੇ ਲੋਡ ਚੱਕਿਆ ਉਹ ਤੋਂ 8 ਮੀਲਾਂ 'ਤੇ ਬੈਕ ਨੂੰ ਆ ਕੇ ਸਕੇਲ ਹੈਗੀ ਸੀ ਲੱਭ ਦਾ ਪੰਪ ਹੈ ਇੱਥੇ ਅਤੇ ਮੈਂ ਕਿਹਾ ਵੀ ਨਾਲੇ ਨਹਾ ਧੋ ਲੈਂਦੇ ਹਾਂ ਰੋਟੀ ਖਾ ਲੈਂਦੇ ਹਾਂ ਕੌਫੀ ਚੱਕ ਕੇ ਫਿਰ ਤੁਰਦੇ ਹਾਂ ਆਪਾਂ ਵੇਟ ਆਪਣਾ ਸਹੀ ਆ ਥੋੜ੍ਹਾ ਜਿਹਾ ਵਾਧਾ ਜਿਹੜੀ ਮੂਹਰਲੇ ਐਕਸਲ 'ਤੇ ਥੋੜ੍ਹਾ ਜਿਹਾ ਜ਼ਿਆਦਾ ਨਹੀਂ ਹੈਗਾ ਸਾਰਾ ਕੁਛ ਗੋਡਾ ਹੁਣ ਆਪਾਂ ਚੱਲਦੇ ਹਾਂ ਸ਼ਾਵਰ ਬੁੱਕ ਕਰਦੇ ਹਾਂ ਨਹਾਉਂਦੇ ਹਾਂ ਪੰਪ ਨਵਾਂ ਬਣਿਆ ਸ਼ਾਵਰ ਘੈਂਟ ਹੋਣਗੇ ਇਹਨਾਂ ਦੇ ਪਾਰਕਿੰਗ ਵੀ ਬਹੁਤ ਜ਼ਿਆਦਾ ਖੁੱਲ੍ਹੀ ਆ ਕਿਉਂਕਿ ਇਹ ਨਵਾਂ ਹੀ ਬਿਲਕੁਲ ਨਵਾਂ ਹੀ ਬਣਿਆ ਹਜੇ ਗੂਗਲ 'ਤੇ ਵੀ ਸ਼ੋਅ ਨਹੀਂ ਕਰਦਾ ਹੈਗਾ ਸੋ ਨਹਾਈਏ ਰੋਟੀ ਖਾਈਏ ਅਤੇ ਫਿਰ ਨਿਕਲੀਏ ਹਵਾ ਬਹੁਤ ਠੰਡੀ ਚੱਲ ਰਹੀ ਆ ਨਹਾਉਣ ਨੂੰ ਵੈਸੇ ਜੀ ਤਾਂ ਕਰ ਨਹੀਂ ਰਿਹਾ ਪਰ ਐਂ ਵੀ ਚੱਲ ਨਹਾ ਧੋ ਕੇ ਚੱਲਦੇ ਹਾਂ ਆਹ ਵੱਖਰਾ ਜਿਹਾ ਲੱਭ ਬਣਾਇਆ ਇਹਨਾਂ ਨੇ ਮੈਨੂੰ ਲੱਗਦਾ ਇੱਥੇ ਪਾਣੀ ਨਹੀਂ ਆਉਂਦਾ ਹੋਵੇ ਜਿਹੜਾ ਇੰਨਾ ਉੱਪਰ ਚੱਕ ਕੇ ਬਣਾਇਆ ਮਾੜਾ ਬੰਦਾ ਊਂ ਥੱਕ ਜੇ ਡਿਫਰੈਂਟ ਹੀ ਲੁੱਕ ਬਣਾਈ ਹੈ ਇਹਨੇ ਪੰਪ ਦੀ ਸਾਰਿਆਂ ਨੂੰ ਵੱਖਰੀ ਆ ਘੈਂਟ ਲੱਗਦਾ ਸ਼ਾਵਰ ਦੇ ਕਰੋ ਦਰਸ਼ਨ ਲਾਈਟ ਵੀ ਹੋ ਗਈ ਆ ਅਤੇ ਹੁਣ ਛਕਾਂਗੇ ਰੋਟੀ ਅਤੇ ਇਹ ਰੋਟੀ ਛੱਕ ਕੇ ਚਾਹ ਲਵਾਂਗੇ ਚਾਹ ਲੈ ਕੇ ਨਿਕਲਦੇ ਹਾਂ ਫਿਰ ਆਪਾਂ ਠੰਡ ਹੋ ਗਈ ਸਾਲੀ ਪੰਪ ਨੇ ਦਿਲ ਜਿੱਤ ਲਿਆ ਮਿੱਤਰੋ ਸਰਾ ਕਰਾਤਾ ਇਹਨਾਂ ਨੇ ਪਰ ਨਵਾਂ ਹਜੇ ਮੈਂ ਸੋਚ ਵੀ ਘੰਟੇ ਓਹੋ ਭੱਜ ਲਓ ਭੱਜ ਲਓ ਭੱਜ ਲਓ ਭੱਜ ਲਓ ਲਓ ਮਿੱਤਰੋ ਆਪਾਂ ਟਰੱਕ ਪਾਰਕ ਕਰਤਾ ਰਾਹ 'ਚ ਮਾਮਾ ਮਿਲਿਆ ਸੀ ਮਾਮਾ ਕਹਿੰਦਾ ਵੀ ਟੈਂਪਰੇਚਰ ਮਾਈਨਸ 'ਚ ਚੱਲ ਗਿਆ ਸੋ ਤੂੰ ਆਪਦਾ ਟਰੱਕ ਸਾਈਡ 'ਤੇ ਲਾ ਕੇ ਸੌਂ ਜਾ ਵੀ ਕੋਈ ਹੈਲਪ ਨੂੰ ਹੋ ਸਕਦਾ ਹੈ ਨਾ ਕਹਿੰਦਾ ਉਂਝ ਰਾਸਤਾ ਤਾਂ ਠੀਕ ਆ ਫਿਲਹਾਲ ਬਟ ਕੁਛ ਹੋ ਸਕਦਾ ਜੇ ਤੈਨੂੰ ਕਿਤੇ ਪਾਰਕਿੰਗ ਮਿਲਦੀ ਹੈ ਤਾਂ ਲਾ ਲਾ ਸੋ ਆਪ ਪਾਇਲਟ ਆ ਰਿਹਾ ਸੀ ਆਪਾਂ ਪਾਇਲਟ 'ਤੇ ਕੱਢ ਲਿਆ ਟਰੱਕ ਪਾਇਲਟ 'ਤੇ ਕੱਢ ਕੇ ਟਰੱਕ ਆਪਾਂ ਲਾ ਦਿੱਤਾ ਇੱਥੇ ਅਤੇ ਆਪ ਥੱਲੇ ਦੇਖ ਸਕਦੇ ਹੋ ਤੁਸੀਂ ਅਤੇ ਦੂਜੀ ਗੱਲ ਹੁਣ ਆਪਾਂ ਨੂੰ ਬੂਟ ਆਪਣੇ ਬੰਕ 'ਚੋਂ ਕੱਢਣੇ ਪੈਣੇ ਆ ਦੂਜੇ ਕਿਉਂਕਿ ਕੰਮ ਇੱਥੇ ਜ਼ਿਆਦਾ ਖਰਾਬ ਆ ਐਵੇਂ ਪਲੇਟਾਂ ਬਣਾਵਾਂਗੇ ਆਪਣੀਆਂ ਸੋ ਬਹੁਤ ਟਰੱਕ ਨੇ ਕਈ ਟਰੱਕ ਇੱਥੋਂ ਪਹਿਲਾਂ ਸਵਿਫਟ ਵਾਲਾ ਸੀ ਉਹ ਟਰੱਕ ਇੱਥੇ ਬੈਕ ਨਹੀਂ ਲੱਗਿਆ ਹੈਗਾ ਜਾਂ ਤਾਂ ਫਿਰ ਉਹਨੇ ਆਪਦੇ ਐਕਸਲ ਨਹੀਂ ਲੌਕ ਕੀਤੇ ਹੈਗੇ ਕੁਛ ਵੀ ਹੋ ਸਕਦਾ ਉਹਨੇ ਇੱਥੋਂ ਆ ਚੜ੍ਹ ਰਿਹਾ ਸੀ ਉੱਧਰਲੀ ਸਾਈਡ ਤੋਂ ਨੀਵਾਂ ਇੱਥੇ ਉੱਚਾ ਜਿੱਥੇ ਆਪਾਂ ਟਰੱਕ ਲਾਇਆ ਵਿਆ ਪਹਿਲਾਂ ਉਹ ਟਰਾਈ ਕਰ ਰਿਹਾ ਸੀ ਇੱਥੇ ਉਹਦਾ ਟਰੱਕ ਇੱਥੇ ਆਇਆ ਨਹੀਂ ਹੈਗਾ ਆਹ ਦੇਖੋ ਸਨੋਹ ਨੇ ਤਾਂ ਧੰਨ ਧੰਨ ਕਰਾਈ ਪਈ ਆ ਇੱਥੇ ਮੇਰਾ ਵੀਰ ਹੁਣ ਬੂਟ ਦੂਜੇ ਕੱਢ ਲਈਏ ਕਿੱਦਾਂ ਮਾਰਦਾ ਅੱਖਾਂ ਉਹ ਫਸਾ ਲਿਆ ਸਵਿਫਟ ਵਾਲੇ ਨੇ ਕਦੋਂ ਦਾ ਪੰਗੇ ਲੈਂਦਾ ਕੰਜਰ ਨੂੰ ਇੱਥੇ ਗਿਆ ਸੀ ਮੈਂ ਇੱਥੇ ਲਾ ਲਾ ਪਰ ਮੰਨਿਆ ਨਹੀਂ ਹੈਗਾ ਉਹ ਖੜ ਗਿਆ ਫਸਾ ਕੇ ਮੈਨੂੰ ਲੱਗਦਾ ਹੁਣ ਉਹ ਪੰਪ ਵੀ ਸਾਰੇ ਬਲੌਕ ਕਰੂਗਾ ਓਹੋ ਤੇਰਾ ਭਲਾ ਹੋ ਜੇ ਕਦੋਂ ਦਾ ਕਹਿ ਰਿਹਾ ਪਹਿਲਾਂ ਉਰੋਂ ਲੰਘਿਆ ਮੈਂ ਉਹਨੂੰ ਕਿਹਾ ਵੀ ਇੱਥੇ ਬੈਕ ਲਾ ਲਾ ਸਿੱਧਾ ਬੈਕ ਲੱਗ ਜੂ
ਮਿੱਤਰੋ ਦੇਖੋ ਫਿਰ ਚਿੱਟਾ ਹੀ ਚਿੱਟਾ ਹੋਇਆ ਪਿਆ, ਕਹਿੰਦੇ ਚਿੱਟਾ ਹੀ ਚਿੱਟਾ ਹੋਇਆ ਪਿਆ ਸਾਰਾ ਕੁਛ। ਸਾਰਾ ਹੀ ਕੰਮ ਚਿੱਟੇ ਤੇ ਚਿੱਟਾ ਹੀ ਹੋਇਆ ਪਿਆ, ਚਿੱਟਾ ਹੀ ਚਿੱਟਾ ਹੋਇਆ ਪਿਆ। ਮਜੀਦ ਠੀਕ ਹੈ, ਕਹਿੰਦੇ ਇੱਧਰ ਵੀ ਕਿਹੜਾ ਦੇ ਗਿਆ। ਥੱਲੇ ਆ ਗਏ ਆਪਾਂ ਜਿੱਥੇ ਲੋਡ ਉਤਾਰਨਾ ਸੀ, ਵੇਅਰ ਹਾਊਸ 'ਚ। ਸਵੇਰ ਦੇ 6:30 ਹੋ ਗਿਆ ਅਤੇ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਵੀ ਇਹ ਕਿੱਦਾਂ ਦਾ ਰੋਡ ਦੇ ਉੱਪਰ ਲੱਗਦੀ ਹੈ। ਐਲ ਦੇ ਵਿੱਚ ਮੋਸਟਲੀ ਐਲ ਦੇ ਵਿੱਚ ਰੋਡ ਦੇ ਉੱਪਰ ਆਪਾਂ ਨੂੰ ਟਰੱਕ ਲਾਉਣਾ ਪੈਂਦਾ, ਇੱਦਾਂ ਦੇ ਸਾਰੇ ਵੇਅਰ ਹਾਊਸ ਹੁੰਦੇ ਇਹਨਾਂ ਦੇ। ਆਹ ਰੋਡ ਆ, ਸੜਕ ਆ, ਇਹਦੇ ਉੱਪਰ ਲਾਉਣਾ ਪੈਂਦਾ ਬੈਗ। ਆਹ ਲਾਇਆ ਆਪਾਂ ਨੇ, ਹੁਣ ਇਹਨਾਂ ਨੇ ਉਤਾਰਨਗੇ। ਇਹ ਪਾਣੀ ਦੀਆਂ ਬੋਤਲਾਂ ਨੇ, ਕੰਚ ਦੀਆਂ, ਵੈਸੇ ਪਲਾਸਟਿਕ ਦੀਆਂ ਹੁੰਦੀਆਂ ਨੇ, ਕੰਚ ਦੀਆਂ ਨੇ। ਫੁੱਲੀ ਲੋਡਡ ਸੀਟਰ ਲੋਡ, ਮੈਨੂੰ ਲੱਗਦਾ ਮਸਾਂ ਹੀ 10 ਕੁ ਮਿੰਟ ਲਾਉਣੇ ਇਹਨੇ, ਮਿੰਟੋ ਮਿੰਟ ਖਾਲੀ ਕਰਕੇ ਉਹ ਮਾਰਨਾ। ਲੋ ਮਿੱਤਰ, ਹੁਣ ਆਪਾਂ ਲੱਗੇ ਹਾਂ ਸੌਣ ਅਤੇ ਵਲੌਗ ਨੂੰ ਇੱਥੇ ਬੰਦ ਕਰਦੇ ਹਾਂ। ਅਤੇ ਜਿਹੜੇ ਚੈਨਲ 'ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਮਿਲਦੇ ਅਗਲੇ ਵਲੌਗ ਦੇ ਨਾਲ। ਥੈਂਕ ਯੂ।